ਹਾਂਜੀ ਭੈਣ ਜੀ, ਤੁਹਾਡਾ ਨਾਮ ਕੀ ਆ? ਸਰਜੀਤ। ਤੁਹਾਡੇ ਘਰ ਵਾਲੇ ਦਾ ਕੀ ਨਾਮ? ਗੁਰਪ੍ਰੀਤ ਸਿੰਘ। ਕਿੱਥੇ ਰਹਿੰਦੇ ਹੋ ਤੁਸੀਂ? ਹਰਪਾਲ ਦੇ ਅੰਮ੍ਰਿਤਸਰ ਦੇ ਵਿੱਚ। ਤੇ ਆਪਣੀ ਮਰਜ਼ੀ ਨਾਲ ਬਸਮਾ ਲੈ ਰਹੇ ਹੋ? ਤੁਹਾਨੂੰ ਕਿਸੇ ਨੇ ਕੋਈ ਲਾਲਚ ਤੇ ਨਹੀਂ ਦਿੱਤਾ? ਕੋਈ ਧਰਮ ਪਰਿਵਰਤਨ ਤੇ ਨਹੀਂ ਹੋ ਰਿਹਾ? ਮਤਲਬ ਤੁਹਾਡੇ ਤੇ ਕਿਸੇ ਦਬਾਅ ਤੇ ਨਹੀਂ ਪਾਇਆ? ਇਹ ਚੀਜ਼ ਦੇ ਜ਼ਿੰਮੇਵਾਰ ਤੁਸੀਂ ਆਪ ਜੇ? ਠੀਕ ਹੈ, ਦਿਓ ਪਾਸੇ ਬਸਮਾ। ਅੱਜ ਤੋਂ 2017 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਆਏ ਔਰ ਤੁਹਾਡੇ ਪਾਪਾਂ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਨੂੰ ਦਿੱਤਾ। ਤੀਸਰੇ ਦਿਨ ਪ੍ਰਭੂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਸਵਰਗ ਦੇ ਵਿੱਚ ਚਲੇ ਗਏ। ਪ੍ਰਭੂ ਯਿਸੂ ਮਸੀਹ ਨੇ ਆਖਿਆ, ਮੈਂ ਜਾਨਾ ਹਾਂ, ਫਿਰ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ। ਕੀ ਤੁਸੀਂ ਜਲਦੀ ਆਉਣ ਵਾਲੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਜੇ? ਮੈਂ ਤੁਹਾਨੂੰ ਤੁਹਾਡੇ ਵਿਸ਼ਵਾਸ ਅਤੇ ਤੁਹਾਡੇ ਇਕਰਾਰ ਦੇ ਮੁਤਾਬਕ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ 'ਚ ਬਖਸ਼ਿਆ। ਮੌਤ ਤੱਕ ਵਫਾਦਾਰ ਰਹੋਗੇ ਤੇ ਜ਼ਿੰਦਗੀ ਦਾ ਤਾਜ। ਆਮੀਨ।